ਹੋਲੇ ਮਹੱਲੇ ਦਾ ਪਾਵਨ ਤਿਉਹਾਰ ਚੱਲ ਰਿਹਾ ਹੈ। ਇਸ ਧਰਤੀ 'ਤੇ ਸ਼੍ਰੀ ਅਨੰਦਪੁਰ ਸਾਹਿਬ ਖੜ੍ਹੇ ਹਾਂ ਜਿੱਥੇ ਦਸਮ ਪਾਤਸ਼ਾਹ ਨੇ ਹੋਲੇ ਮਹੱਲੇ ਦੀ ਸ਼ੁਰੂਆਤ ਕੀਤੀ ਸੀ। ਇਹ ਅਲੌਕਿਕ ਨਜ਼ਾਰਾ ਤੁਹਾਨੂੰ ਦਿਖਾ ਰਹੇ ਹਾਂ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੋਂ, ਜਿੱਥੇ 1699 ਦੀ ਵਿਸਾਖੀ ਨੂੰ ਗੁਰੂ ਸਾਹਿਬਾਨ ਨੇ ਖਾਲਸਾ ਸਾਜਿਆ ਸੀ। ਲੋਕਾਂ ਦੀਆਂ ਹੋਲੀਆਂ ਅਤੇ ਖਾਲਸੇ ਦਾ ਹੋਲਾ ਏ, ਲੋਕਾਂ ਦੀਆਂ ਬੋਲੀਆਂ ਅਤੇ ਖਾਲਸੇ ਦਾ ਬੋਲਾ ਏ। ਤਾਂ ਇਸ ਧਰਤੀ 'ਤੇ ਗੁਰੂ ਸਾਹਿਬਾਨ ਨੇ ਜਿਹੜਾ ਹੋਲਾ ਮਹੱਲਾ ਮਨਾਇਆ, ਜਿਸ ਧਰਤੀ 'ਤੇ ਲੋਕਾਂ ਨੂੰ, ਇਸ ਖਿੱਤੇ ਦੇ ਲੋਕਾਂ ਨੂੰ ਲੰਬੀ ਗੁਲਾਮੀ ਭੋਗਣੀ ਪਈ। ਖਾਲਸਾ ਜੀ ਕਦੇ ਵੀ ਕਿਸੇ ਦੀ ਗੁਲਾਮੀ ਨਹੀਂ ਕਰਦਾ ਜੀ। ਇਹ ਖਾਲਸਾ ਅਕਾਲ ਪੁਰਖ ਦੀ ਫੌਜ ਆ ਜੀ, ਜੋ ਕਿ ਦਸਮ ਪਾਤਸ਼ਾਹ ਨੇ ਖਾਲਸੇ ਦੇ ਵਿੱਚ ਇਹੋ ਜਿਹੀ ਯੁਰਤ ਭਰਤੀ ਆ ਜੀ। ਕਿਉਂਕਿ ਜੀ ਇਹਨਾਂ ਨੂੰ ਇੰਨੀਆਂ ਹੈ ਨਾ ਨਸਲਾਂ ਔਰੰਗਜ਼ੇਬ ਵਰਗੇ ਆਏ ਜੀ, ਇਹਨਾਂ ਦੀਆਂ ਨਸਲ ਖੁਸ਼ੀਆਂ ਕਰਨ ਵਾਸਤੇ ਜੀ, ਪਰ ਖਾਲਸਾ ਨਹੀਂ ਕਿਸੇ ਤੋਂ ਦਬਿਆ। ਵਾਹਿਗੁਰੂ ਜੀ। ਗੁਰਬਾਣੀ ਦਾ ਪਾਵਨ ਫਰਮਾਨ ਹੈ, ਹੋਲੀ ਕੀਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇਵ। ਹੋਲੇ ਮਹੱਲੇ ਦਾ ਪਾਵਨ ਤਿਉਹਾਰ ਚੱਲ ਰਿਹਾ ਹੈ। ਇਸ ਧਰਤੀ 'ਤੇ ਸ਼੍ਰੀ ਅਨੰਦਪੁਰ ਸਾਹਿਬ ਖੜ੍ਹੇ ਹਾਂ ਜਿੱਥੇ ਦਸਮ ਪਾਤਸ਼ਾਹ ਨੇ ਹੋਲੇ ਮਹੱਲੇ ਦੀ ਸ਼ੁਰੂਆਤ ਕੀਤੀ ਸੀ। ਜੇ ਇਤਿਹਾਸਿਕ ਪਿਛੋਕੜ ਦੀ ਗੱਲ ਕਰ ਲਈਏ ਤਾਂ ਹੋਲੀ ਹੈ ਜਿਹੜੀ ਹਿੰਦੂ ਧਰਮ ਦੇ ਵਿੱਚ ਮਨਾਈ ਜਾਂਦੀ ਸੀ, ਪਰ ਜਦੋਂ ਤੋਂ ਮੁਗਲਾਂ ਦਾ ਰਾਜ ਆ ਗਿਆ ਸੀ, ਪਠਾਣਾਂ ਦਾ ਰਾਜ ਆ ਗਿਆ ਸੀ, ਲੋਧੀ ਖਾਨਦਾਨ ਦਾ ਰਾਜ ਆ ਗਿਆ ਸੀ, ਤਾਂ ਇੱਥੋਂ ਦੇ ਲੋਕਾਂ ਨੂੰ ਗੁਲਾਮ ਬਣਾ ਲਿਆ ਗਿਆ ਸੀ ਅਤੇ ਗੁਲਾਮਾਂ ਨੂੰ ਨਾ ਕੋਈ ਘੋੜਸਵਾਰੀ ਕਰਨ ਦਿੱਤੀ ਜਾਂਦੀ ਸੀ, ਨਾ ਦਮਾਲੇ ਸਜਾਉਣ ਦਿੱਤੇ ਜਾਂਦੇ ਸੀ, ਨਾ ਕੋਈ ਤਿਉਹਾਰ ਮਨਾਉਣ ਦਿੱਤਾ ਜਾਂਦਾ ਸੀ। ਕਿਉਂਕਿ ਕਿਹਾ ਜਾਂਦਾ ਸੀ ਕਿ ਗੁਲਾਮ ਨੇ ਜਿਹੜੇ ਉਹ ਕੋਈ ਤਿਉਹਾਰ ਨਹੀਂ ਮਨਾ ਸਕਦੇ। ਪਰ ਉਸ ਸਥਿਤੀ ਨੂੰ, ਉਸ ਗੱਲ ਨੂੰ ਜੇ ਕਿਸੇ ਨੇ ਤੋੜਿਆ ਤਾਂ ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤੋੜਿਆ, ਜਿਨ੍ਹਾਂ ਨੇ ਔਰੰਗਜ਼ੇਬ ਦੇ ਰਾਜ ਦੇ ਵਿੱਚ ਇਸ ਧਰਤੀ 'ਤੇ, ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਹੋਲਾ ਮਹੱਲਾ ਜਿਹੜਾ ਉਹ ਮਨਾਇਆ ਸੀਗਾ, ਹੋਲਾ ਸ਼ੁਰੂ ਕੀਤਾ ਸੀ। ਹੋਲੇ ਦਾ ਅਰਥ ਹੈ ਹੱਲਾ ਕਰਨਾ, ਮਹੱਲੇ ਦਾ ਅਰਥ ਹੈ ਜਿੱਥੇ ਟਿਕਾਣਾ ਹੁੰਦਾ ਸੀਗਾ। ਤਾਂ ਟਿਕਾਣਾ ਇੱਕ ਪਾਸੇ ਸਿੰਘ ਕਰਦੇ ਹੁੰਦੇ ਸੀ ਅਤੇ ਇੱਕ ਸਿੰਘ ਹੱਲਾ ਕਰਦੇ ਹੁੰਦੇ ਸੀ, ਤਾਂ ਉਸ ਦੋਵਾਂ ਸ਼ਬਦਾਂ ਨੂੰ ਜੋੜ ਕੇ ਹੋਲਾ ਮਹੱਲਾ ਕਿਹਾ ਜਾਂਦਾ ਸੀ, ਜਿੱਥੇ ਸਿੰਘ ਨੇ ਜਿਹੜੇ ਸ਼ਸਤਰ ਵਿੱਦਿਆ ਦਾ ਅਭਿਆਸ ਕਰਦੇ ਹੁੰਦੇ ਸੀਗੇ ਸਿੱਖ। ਅਤੇ ਗੁਰੂ ਸਾਹਿਬਾਨ ਆਪਣੇ ਸਿੱਖਾਂ ਨੂੰ ਸ਼ਸਤਰ ਵਿੱਦਿਆ ਦੇ ਵਿੱਚ ਜਿਹੜੇ ਨਿਪੁੰਨ ਹੁੰਦੇ ਸੀ, ਜਿਹੜੇ ਆਪਣੇ ਜੌਹਰ ਦਿਖਾ ਕੇ ਗੁਰੂ ਸਾਹਿਬਾਨ ਨੂੰ ਖੁਸ਼ ਕਰਦੇ ਹੁੰਦੇ ਸੀ, ਉਹਨਾਂ ਨੂੰ ਬਖਸ਼ਿਸ਼ਾਂ ਕਰਦੇ ਹੁੰਦੇ ਸੀ ਇਸ ਸਥਾਨ 'ਤੇ ਬਹਿ ਕੇ, ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ, ਜਿੱਥੇ ਗੁਰੂ ਸਾਹਿਬਾਨ ਨੇ 1699 ਦੀ ਵਿਸਾਖੀ ਨੂੰ ਖਾਲਸਾ ਸਾਜਿਆ ਸੀ, ਖਾਲਸੇ ਦੀ ਸਾਜਨਾ ਕੀਤੀ ਸੀ। ਸਿੱਖ ਧਰਮ ਤਾਂ ਪਹਿਲੇ ਪਾਤਸ਼ਾਹ ਤੋਂ ਚੱਲ ਗਿਆ ਸੀ, ਗੁਰੂ ਸਾਹਿਬਾਨ ਨੇ ਸਿੱਖ ਧਰਮ ਚਲਾਇਆ ਸੀ, ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਤਾਂ ਉਸ ਤੋਂ ਬਾਅਦ ਸਿੱਖੀ ਦੀ ਜਿਹੜੀ ਸਥਾਪਨਾ ਸੀਗੀ, ਸਿੱਖ ਜਿਹੜਾ ਪ੍ਰੋਪਰ ਤਰੀਕੇ ਦੇ ਨਾਲ ਗੁਰੂ ਸਾਹਿਬਾਨ ਨੇ, ਦਸਮ ਪਾਤਸ਼ਾਹ ਨੇ ਬਣਾਇਆ, ਅੰਮ੍ਰਿਤ ਛਕਾਇਆ, ਸ਼ਸਤਰ ਵਿੱਦਿਆ ਦਾ ਧਾਰਨੀ ਸਿੱਖ ਨੂੰ ਬਣਾਇਆ, ਜਿੱਥੇ ਸਿੱਖ ਵਿੱਦਿਅਕ ਯੋਗਤਾ ਦੇ ਵਿੱਚ ਨਿਪੁੰਨ ਹੋਇਆ, ਉੱਥੇ ਹੀ ਗੁਰੂ ਸਾਹਿਬਾਨ ਨੇ, ਦਸਮ ਪਾਤਸ਼ਾਹ ਨੇ, ਛੇਵੇਂ ਪਾਤਸ਼ਾਹ ਨੇ ਆਪਣੇ ਸਿੱਖ ਨੂੰ ਘੋੜਸਵਾਰੀ ਬਖਸ਼ੀ, ਜਿਹੜੀ ਕਿਹਾ ਜਾਂਦਾ ਸੀ ਕਿ ਰਾਜੇ ਮਹਾਰਾਜੇ ਹੀ ਕਰ ਸਕਦੇ ਨੇ, ਕਿਉਂਕਿ ਲੰਬੀ ਗੁਲਾਮੀ ਭੋਗੀ ਹੈ ਇਸ ਦੇਸ਼ ਨੇ, ਇਸ ਧਰਤੀ ਦੇ, ਇਸ ਖਿੱਤੇ ਦੇ ਲੋਕਾਂ ਨੇ ਲੰਬੀ ਗੁਲਾਮੀ ਪਠਾਣਾਂ ਦੀ ਭੋਗੀ ਹੈ, ਮੁਗਲਾਂ ਦੀ ਭੋਗੀ ਹੈ, ਅਤੇ ਇਸ ਦੇ ਨਾਲ ਲੋਧੀ ਖਾਨਦਾਨ ਸੀ ਜਿਹੜਾ, ਉਹਦੀ ਗੁਲਾਮੀ ਭੋਗੀ ਹੈ ਇਸ ਖਿੱਤੇ ਨੇ। ਤਾਂ ਉਸ ਗੁਲਾਮੀ ਦੀਆਂ ਜ਼ੰਜੀਰਾਂ ਦੇ ਵਿੱਚੋਂ ਜੇ ਕਿਸੇ ਨੇ ਕੱਢਿਆ ਤਾਂ ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕੱਢਿਆ। ਜਦੋਂ ਬਾਈ ਧਾਰ ਦੇ ਰਾਜੇ ਪਹਾੜਾਂ ਦੇ ਵਿੱਚ ਗੁਰੂ ਸਾਹਿਬਾਨ ਦੇ ਖਿਲਾਫ ਸੀ, ਤਾਂ ਗੁਰੂ ਸਾਹਿਬਾਨ ਨੇ ਉਸ ਵੇਲੇ
ਦਿੱਲੀ ਦੇ ਤਖ਼ਤ 'ਤੇ ਜਿਹੜਾ ਔਰੰਗਜ਼ੇਬ ਬੈਠਾ ਸੀ ਉਸ ਦੇ ਬਰਾਬਰ ਜਿਹੜਾ ਰਣਜੀਤ ਨਗਾਰਾ ਵਜਾਇਆ ਸੀ, ਕਿਉਂਕਿ ਨਗਾਰੇ ਦੀ ਜੇ ਗੱਲ ਕਰ ਲਈਏ ਨਗਾਰਾ ਵੀ ਰਾਜਸ਼ਾਹੀ ਦਾ ਪ੍ਰਤੀਕ ਹੈ, ਘੋੜੇ ਵੀ ਰਾਜਸ਼ਾਹੀ ਦਾ ਪ੍ਰਤੀਕ ਨੇ, ਹਾਥੀ ਵੀ ਰਾਜਸ਼ਾਹੀ ਦਾ ਪ੍ਰਤੀਕ ਨੇ, ਸ਼ਸਤਰ ਵਿੱਦਿਆ ਜਿਹੜੀ ਉਹ ਵੀ ਰਾਜਸ਼ਾਹੀ ਦਾ ਪ੍ਰਤੀਕ ਹੈ। ਪਰ ਗੁਰੂ ਸਾਹਿਬਾਨ ਨੇ, ਦਸਮ ਪਾਤਸ਼ਾਹ ਨੇ ਆਪਣੇ ਸਿੱਖਾਂ ਨੂੰ, ਆਪਣੇ ਖਾਲਸੇ ਨੂੰ ਇਹ ਸਾਰੀਆਂ ਚੀਜ਼ਾਂ ਬਖਸ਼ੀਆਂ ਸੀ, ਕਿਉਂਕਿ ਗੁਰੂ ਸਾਹਿਬਾਨ ਪਾਤਸ਼ਾਹ ਸੀ ਅਤੇ ਪਾਤਸ਼ਾਹ ਨੇ ਪਾਤਸ਼ਾਹੀ ਦਾਅਵੇ ਵਾਲੇ ਸਾਨੂੰ ਬਣਾਇਆ ਸਿੱਖਾਂ ਨੂੰ। ਕੇਸ ਜਿਹੜੇ ਰੱਖੇ ਸਿੱਖਾਂ ਨੇ, ਕੇਸ ਦਾੜੇ ਗੁਰੂ ਸਾਹਿਬਾਨ ਨੇ ਬਖਸ਼ਿਸ਼ ਕੀਤੇ। ਤਾਂ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੋਂ, ਜਿੱਥੇ ਹੋਲਾ ਮਹੱਲਾ ਮਨਾਉਣ ਦੇ ਲਈ ਜਿਹੜੀਆਂ ਸੰਗਤਾਂ ਨੇ ਦੂਰੋਂ ਨੇੜਿਓਂ ਚੱਲ ਕੇ ਇੱਥੇ ਆਈਆਂ ਨੇ, ਵੱਡੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਹੈ ਇੱਥੇ ਨਤਮਸਤਕ ਹੋਣ ਆਉਂਦੀ ਆ, ਹਰ ਸਾਲ ਸੰਗਤਾਂ ਇੱਥੇ ਨਤਮਸਤਕ ਹੋਣ ਆਉਂਦੀਆਂ ਨੇ। ਤਾਂ ਹੋਲੇ ਮਹੱਲੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ, ਇਹ ਅਲੌਕਿਕ ਨਜ਼ਾਰਾ ਤੁਹਾਨੂੰ ਦਿਖਾ ਰਹੇ ਹਾਂ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੋਂ, ਜਿੱਥੇ 1699 ਦੀ ਵਿਸਾਖੀ ਨੂੰ ਗੁਰੂ ਸਾਹਿਬਾਨ ਨੇ ਖਾਲਸਾ ਸਾਜਿਆ ਸੀ। ਇਹੀ ਅਸਥਾਨ ਸੀ, ਇਸੇ ਅਸਥਾਨ 'ਤੇ ਗੁਰੂ ਸਾਹਿਬਾਨ ਨੇ ਖਾਲਸੇ ਦੀ ਸਥਾਪਨਾ ਕੀਤੀ ਸੀ। ਅਤੇ ਸਦੀਆਂ ਬਾਅਦ ਵੀ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜਾ ਖਾਲਸਾ ਗੁਰੂ ਸਾਹਿਬਾਨ ਦੀਆਂ ਬਖਸ਼ਿਸ਼ਾਂ ਨੇ ਜਿਹੜੀਆਂ ਉਹ ਲੈ ਕੇ ਇੱਥੇ ਆਉਂਦਾ, ਇੱਥੋਂ ਬਖਸ਼ਿਸ਼ਾਂ ਲੈਣ ਲੈ ਕੇ ਜਾਂਦਾ। ਤਾਂ ਇਹ ਅਨੰਦਪੁਰ ਦੀ ਉਹੀ ਧਰਤੀ ਹੈ ਜਿੱਥੇ ਗੁਰੂ ਸਾਹਿਬਾਨ ਨੇ ਹੋਲੀ ਦਾ ਜਿਹੜਾ ਤਿਉਹਾਰ ਸੀ ਉਹ ਬੰਦ ਕੀਤਾ ਹੋਇਆ ਸੀ, ਮੁਗਲਾਂ ਨੇ, ਪਠਾਣਾ ਨੇ ਬੰਦ ਕੀਤਾ ਹੋਇਆ ਸੀ, ਉਹ ਲੋਧੀ ਖਾਨਦਾਨ ਨੇ ਬੰਦ ਕੀਤਾ ਹੋਇਆ ਸੀ ਕਿ ਇਹ ਲੋਕ ਗੁਲਾਮ ਨੇ ਅਤੇ ਗੁਲਾਮ ਆਪਣੇ ਤਿਉਹਾਰ ਨਹੀਂ ਮਨਾ ਸਕਦੇ। ਪਰ ਗੁਰੂ ਸਾਹਿਬਾਨ ਨੇ ਹੋਲਾ ਮਨਾਇਆ, ਹਿੰਦੂ ਧਰਮ ਦੇ ਵਿੱਚ ਹੋਲੀ ਮਨਾਈ ਜਾਂਦੀ ਸੀ, ਗੁਰੂ ਸਾਹਿਬਾਨ ਨੇ ਕਿਹਾ ਹੋਲਾ, ਲੋਕਾਂ ਦੀਆਂ ਹੋਲੀਆਂ ਅਤੇ ਖਾਲਸੇ ਦਾ ਹੋਲਾ, ਇਹ ਲੋਕਾਂ ਦੀਆਂ ਬੋਲੀਆਂ ਅਤੇ ਖਾਲਸੇ ਦਾ ਬੋਲਾ ਹੈ। ਤਾਂ ਇਸ ਧਰਤੀ 'ਤੇ ਗੁਰੂ ਸਾਹਿਬਾਨ ਨੇ ਜਿਹੜਾ ਹੋਲਾ ਮਹੱਲਾ ਮਨਾਇਆ, ਜਿਸ ਧਰਤੀ 'ਤੇ ਲੋਕਾਂ ਨੂੰ, ਇਸ ਖਿੱਤੇ ਦੇ ਲੋਕਾਂ ਨੂੰ ਲੰਬੀ ਗੁਲਾਮੀ ਭੋਗਣੀ ਪਈ, ਤਾਂ ਉਹ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਗੁਰੂ ਸਾਹਿਬਾਨ ਨੇ ਕੱਟਿਆ ਅਤੇ ਦਿੱਲੀ ਦੇ ਤਖ਼ਤ ਨੂੰ ਔਰੰਗਜ਼ੇਬ ਨੂੰ ਦੱਸਿਆ ਕਿ ਹਾਲੇ ਵੀ ਜਿਹੜਾ ਖਾਲਸਾ ਹੈ, ਜਿਹੜੇ ਪੰਜਾਬ ਦੇ ਵਿੱਚ ਲੋਕ ਨੇ ਜਾਂ ਪੰਜਾਬ ਦੇ ਜਿਹੜੇ ਸਿੱਖ ਨੇ, ਉਹ ਤੁਹਾਡੀ ਗੁਲਾਮੀ ਨੂੰ ਨਹੀਂ ਮੰਨਣਗੇ। ਤਾਂ ਉਸ ਚੀਜ਼ ਨੂੰ ਲੈ ਕੇ ਉਹਨਾਂ ਸਿਧਾਂਤਾਂ ਨੂੰ ਲੈ ਕੇ ਗੁਰੂ ਸਾਹਿਬਾਨ ਨੇ ਇਸ ਧਰਤੀ 'ਤੇ ਜਿਹੜਾ ਖਾਲਸਾ ਹੈ ਉਹ ਸਾਜਿਆ। ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ, ਸਦੀਆਂ ਤੋਂ ਬਾਅਦ ਵੀ ਖਾਲਸਾ ਇੱਥੇ ਨਤਮਸਤਕ ਹੋਣ ਉਸੇ ਤਰੀਕੇ ਦੇ ਨਾਲ ਆਉਂਦਾ। ਲੋਹਗੜ੍ਹ ਦੇ ਕਿਲੇ ਤੋਂ ਗੁਰੂ ਸਾਹਿਬਾਨ ਨੇ ਹੋਲੀ ਆ ਜਿਹੜੀ ਹੋਲਗੜ੍ਹ ਦੇ ਕਿਲੇ ਤੋਂ, ਤਾਂ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਸ਼੍ਰੀ ਅਨੰਦਪੁਰ ਸਾਹਿਬ ਤਖ਼ਤ ਸਾਹਿਬ ਤੋਂ। ਇਸ ਅਸਥਾਨ 'ਤੇ ਗੁਰੂ ਸਾਹਿਬਾਨ ਨੇ ਖਾਲਸਾ ਜਿਹੜਾ ਉਹ ਸਾਜਿਆ ਸੀ। ਤਾਂ ਲੱਖਾਂ ਦੀ ਗਿਣਤੀ ਦੇ ਵਿੱਚ ਅੱਜ ਵੀ ਇੱਥੇ ਖਾਲਸਾ ਜਿਹੜਾ ਉਸੇ ਤਰੀਕੇ ਦੇ ਨਾਲ ਨਤਮਸਤਕ ਹੋਣ ਆਉਂਦਾ। ਅਤੇ ਔਰੰਗਜ਼ੇਬ ਜਿਹੜਾ ਕਹਿੰਦਾ ਸੀ ਕਿ ਮੈਂ ਸਾਰਿਆਂ ਨੂੰ ਗੁਲਾਮ ਕਰ ਲਿਆ, ਗੁਰੂ ਸਾਹਿਬਾਨ ਨੇ ਕਿਹਾ ਸੀ ਕਿ ਖਾਲਸਾ ਕਿਸੇ ਦਾ ਗੁਲਾਮ ਨਹੀਂ ਹੋ ਸਕਦਾ। ਠੀਕ ਹੈ, ਹੋਰ ਕੌਮਾਂ ਜਿਹੜੀਆਂ ਗੁਲਾਮ ਰਹੀਆਂ, ਪਰ ਗੁਰੂ ਸਾਹਿਬਾਨ ਨੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਲੰਮੀ ਗੁਲਾਮੀ ਭੋਗੀ ਸੀ, ਉਹਨਾਂ ਨੂੰ ਸ਼ਸਤਰ ਵਿੱਦਿਆ ਸਿਖਾਈ, ਉਹਨਾਂ ਨੂੰ ਰੱਬੀ ਬਾਣੀ ਦੇ ਨਾਲ ਜੋੜਿਆ। ਤਾਂ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਤੁਹਾਨੂੰ ਲਗਾਤਾਰ ਸ਼੍ਰੀ ਅਨੰਦਪੁਰ ਸਾਹਿਬ ਤੋਂ ਦਿਖਾ ਰਹੇ ਹਾਂ, ਜਿੱਥੇ ਵੱਡੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਹੈ ਉਹ ਨਤਮਸਤਕ ਹੋਣ ਪਹੁੰਚੀ ਆ। ਕਿੱਥੋਂ ਬਾਈ ਤੁਸੀਂ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਨੂੰ ਹੋਲੇ ਮਹੱਲੇ ਦੀ ਲੱਖ ਲੱਖ ਵਧਾਈ ਹੋਵੇ, ਜੋ ਕਿ
ਗੁਰੂ ਦਸਮ ਪਾਤਸ਼ਾਹ ਕਲਗੀਆਂ ਵਾਲਿਆਂ ਨੇ ਜੋ ਕਿ ਉਹਨਾਂ ਦਾ ਦਿਨ ਮਨਾ ਰਹੇ ਹੋਲਾ ਮਹੱਲਾ, ਸਾਰੀ ਸੰਗਤ ਨੂੰ ਲੱਖ ਲੱਖ ਬਹੁਤ ਬਹੁਤ ਵਧਾਈ ਹੋਵੇ। ਵੀਰ ਜੀ ਅਸੀਂ ਹੈਗੇ ਹਾਂ ਦੁਆਬੇ ਤੋਂ। ਵੀਰ ਜੀ ਦੁਆਬੇ ਤੋਂ ਆਏ ਹੋ, ਹਰ ਸਾਲ ਆਉਂਦੇ ਹੋ? ਨਹੀਂ ਵੀਰ ਜੀ ਮੈਂ ਪਹਿਲੀ ਵਾਰੀ ਆਇਆ ਜੀ। ਹਾਂਜੀ ਸਾਡੇ ਪਿੰਡੋਂ ਸੰਗਤ ਬਹੁਤ ਆਉਂਦੀ ਆ ਜੀ, ਹਰੇਕ ਸਾਲ ਆਉਂਦੀ ਆ ਜੀ। ਹਾਂਜੀ ਸ਼ਰਧਾ ਭਾਵਨਾ ਲਾਉਂਦੇ ਆ ਜੀ। ਕਲਾਸ 'ਚ ਪੜ੍ਹਦੇ ਹੋ? ਮੈਂ ਵੀਰ ਜੀ ਹਟ ਗਿਆ, 10 ਕਰ ਲਈਆਂ ਜੀ। ਹਾਂਜੀ ਹੁਣ ਆਪਦਾ ਕੰਮ ਕਾਰ ਕਰ ਰਹੇ ਹਾਂ ਜੀ। ਹਾਂਜੀ ਹਾਂਜੀ ਇੱਥੇ ਨਤਮਸਤਕ ਹੋਣ ਆਏ ਹੋ ਜਿੱਥੇ ਗੁਰੂ ਸਾਹਿਬਾਨ ਨੇ ਖਾਲਸਾ ਸਾਜਿਆ ਸੀ। ਹੋਲੀ ਦਾ ਤਿਉਹਾਰ ਬੰਦ ਕੀਤਾ ਹੋਇਆ ਸੀ ਮੁਗਲਾਂ ਨੇ, ਵੀ ਕੋਈ ਹੋਲੀ ਆਪਣੇ ਤਿਉਹਾਰ ਨਹੀਂ ਮਨਾ ਸਕਦਾ, ਪਰ ਗੁਰੂ ਸਾਹਿਬਾਨ ਨੇ ਇੱਥੇ ਹੋਲਾ ਮਹੱਲਾ ਮਨਾਇਆ ਸੀ, ਹੋਲਾ ਮਨਾਇਆ ਸੀ ਕਿ ਹੋਰ ਜਿਹੜੇ ਹੈਗੇ ਨੇ ਤੁਹਾਡੀ ਗੁਲਾਮੀ ਮੰਨ ਸਕਦੇ ਨੇ ਪਰ ਸਿੱਖ ਤੁਹਾਡੀ ਗੁਲਾਮੀ ਕਦੇ ਨਹੀਂ ਮੰਨਣਗੇ। ਇਹ ਖਾਲਸਾ ਜੀ ਕਦੇ ਵੀ ਕਿਸੇ ਦੀ ਗੁਲਾਮੀ ਨਹੀਂ ਯਰਦਾ ਜੀ, ਇਹ ਖਾਲਸਾ ਅਕਾਲ ਪੁਰਖ ਦੀ ਫੌਜ ਆ ਜੀ, ਜੋ ਕਿ ਦਸਮ ਪਾਤਸ਼ਾਹ ਨੇ ਖਾਲਸੇ ਦੇ ਵਿੱਚ ਇਹੋ ਜਿਹੀ ਯੁਰਤ ਭਰਤੀ ਆ ਜੀ। ਕਿਉਂਕਿ ਜੀ ਇਹਨਾਂ ਨੂੰ ਇੰਨੀਆਂ ਹਨਾ ਨਸਲਾਂ ਔਰੰਗਜ਼ੇਬ ਵਰਗੇ ਆਏ ਜੀ, ਇਹਨਾਂ ਦੀਆਂ ਨਸਲ ਕੁਸ਼ੀਆਂ ਕਰਨ ਵਾਸਤੇ ਜੀ, ਪਰ ਖਾਲਸਾ ਨਹੀਂ ਕਿਸੇ ਤੋਂ ਦਬਿਆ। ਵਾਹਿਗੁਰੂ ਜੀ। ਦੇਖ ਸਕਦੇ ਹੋ ਤੁਸੀਂ ਨੌਜਵਾਨ ਵੀ ਨੇ ਜਿਹੜੇ ਇੱਥੇ ਆਏ ਹੋਏ ਨੇ, ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ, ਲਗਾਤਾਰ ਹੋਲੇ ਮਹੱਲੇ ਦੀਆਂ ਦਰਸ਼ਨ ਕਰਵਾ ਰਹੇ ਹਾਂ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੋਂ, ਜਿੱਥੇ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸਿੱਖ ਸੰਗਤਾਂ ਨੇ ਉਹ ਤਾਂ ਨਤਮਸਤਕ ਹੁਣ ਪਹੁੰਚੀਆਂ ਨੇ। ਜਿਹੜਾ ਹੋਲਾ ਮਹੱਲਾ, ਹੋਲੇ ਦਾ ਤਿਉਹਾਰ ਜਿਹੜਾ ਗੁਰੂ ਸਾਹਿਬਾਨ ਨੇ ਸ਼ੁਰੂ ਕੀਤਾ ਸੀ, ਕਿਉਂਕਿ ਇਸ ਧਰਤੀ ਦੇ ਲੋਕ ਸੀ ਜਿਹੜੇ ਉਹ ਗੁਲਾਮ ਬਣਾ ਲਏ ਗਏ ਸੀ ਪਠਾਣਾਂ ਵੱਲੋਂ, ਮੁਗਲਾਂ ਵੱਲੋਂ, ਪਰ ਗੁਰੂ ਸਾਹਿਬਾਨ ਨੇ ਉਸ ਵੇਲੇ ਹੋਲਾ ਮਨਾਇਆ ਸੀ, ਕਿਉਂਕਿ ਤਿਉਹਾਰ ਨਹੀਂ ਸੀ ਮਨਾਉਣ ਦਿੱਤੇ ਜਾਂਦੇ ਮੁਗਲੀਆ ਸਲਤਨਤ ਵੱਲੋਂ। ਪਰ ਔਰੰਗਜ਼ੇਬ ਨੂੰ ਦੱਸਿਆ ਸੀ ਕਿ ਅੱਜ ਵੀ ਖਾਲਸਾ ਹੈ ਜਿਹੜਾ ਤੁਹਾਡੀ ਅਧੀਨਗੀ ਨਹੀਂ ਮੰਨੂਗਾ, ਜਿਹੜਾ ਸਿਰਫ ਅਕਾਲ ਪੁਰਖ ਦੀ ਅਧੀਨਗੀ ਮੰਨੂਗਾ। ਅਤੇ ਉਸੇ ਤਰੀਕੇ ਦੇ ਨਾਲ ਸਦੀਆਂ ਤੋਂ ਇਹ ਹੋਲੇ ਮਹੱਲੇ ਦਾ ਤਿਉਹਾਰ ਹੈ ਜਿਹੜਾ ਉਸੇ ਤਰੀਕੇ ਦੇ ਨਾਲ ਸਿੱਖ ਸੰਗਤਾਂ ਨੇ ਜਿਹੜੀਆਂ ਮਨਾਉਂਦੀਆਂ ਨੇ। ਕੈਮਰਾ ਪਰਸਨ ਵਿਕਰਮ ਦੇ ਨਾਲ ਮੈਂ ਰਾਜਵੀਰ ਸਿੰਘ, ਪ੍ਰੋ ਪੰਜਾਬ ਟੀਵੀ, ਸ਼੍ਰੀ ਅਨੰਦਪੁਰ ਸਾਹਿਬ।